ਸਰਦਾਰ ਜੀ ਦੇ ਰਿਸ਼ਤੇਦਾਰ ਆ ਜਾਂ ਗੁੜ ਲੈਣ ਆਏ ਆ? ਗੁੜ ਲੈਣ ਆਏ ਰਿਸ਼ਤੇਦਾਰ ਹੀ ਹੋ ਗਏ। ਬਵੰਜਾ ਕਿਲੋ ਗੁੜ, ਚਾਲੀ ਕਿਲੋ ਸ਼ੱਕਰ, ਸਹੀ ਹੈ। ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਬਹੁਤ ਦੂਰੋਂ ਦੂਰੋਂ ਦਾ। ਇੱਕ ਦਿਨ ਸਾਡੇ ਕੋਲ ਇੱਧਰੋਂ ਬਲੌਕ ਤੋਂ ਅੱਗੇ ਅਤੇ ਲੁਧਿਆਣੇ ਤੋਂ ਅੱਗੇ ਦੇ ਬਹੁਤ ਆਉਂਦੇ ਆ। ਇੱਕ ਦਿਨ ਮੋਗੇ ਦੇ ਤਾਂ ਜਗਰਾਵਾਂ ਦੇ ਲੈ ਕੇ ਗਏ ਗੁੜ, ਅਤੇ ਇੱਧਰ ਮਾਛੀਵਾੜੇ ਵੱਲ ਦੇ ਬਹੁਤ ਦੂਰੋਂ ਦੂਰੋਂ, ਫਤਿਹਗੜ੍ਹ ਸਾਹਿਬ ਦੇ ਸੀਗੇ ਉਹ ਸਾਡੇ ਕੋਲ। 12 ਕੁਇੰਟਲ ਵਿੱਚੇ ਗੁੜ ਤਾਂ ਵਿੱਚੇ 70 ਲਗਾਏ, 5-6 ਜਣੇ ਨਾਲ ਕੇ। ਪੰਜੀ ਹੁਣੀ ਸਪੈਸ਼ਲ, ਅਸੀਂ ਐਕਚੁਅਲੀ ਵੀਡੀਓ ਬਣਾਉਣ ਲੱਗੇ ਸੀ। ਜੇ ਤੁਸੀਂ ਪੰਜੀ ਵੀਰ ਕਿਹੜੀ ਜਗ੍ਹਾ ਤੋਂ ਆਏ ਆ ਜੀ ਗੁੜ ਲੈਣ? ਚੰਡੀਗੜ੍ਹ ਤੋਂ ਸਪੈਸ਼ਲ ਗੁੜ? ਨਹੀਂ, ਕਿਤੇ ਇੱਧਰ ਗੇੜਾ ਲੱਗਾ ਸੀ ਜਾਂ ਸਪੈਸ਼ਲੀ ਗੁੜ ਲੈਣ ਆਏ ਆ? ਸਪੈਸ਼ਲੀ ਗੁੜ ਲੈਣ ਆਏ ਆ, ਸਪੈਸ਼ਲ ਗੁੜ ਲੈਣ ਆਏ ਚੰਡੀਗੜ੍ਹ ਤੋਂ। ਚੰਡੀਗੜ੍ਹ ਤੋਂ ਤੇ ਤੁਸੀਂ ਇਹ ਦੇਖ ਸਕਦੇ ਆ ਜੀ ਕਿ ਇਹਨਾਂ ਦਾ ਮਤਲਬ ਗੁੜ ਭਾਜੀ ਉਹਨਾਂ ਦਾ ਕਿੰਨਾ ਮਸ਼ਹੂਰ ਆ ਹਨਾ। ਤੇ ਇਹਦੇ ਵਿੱਚ ਵੀਰੇ ਇਹ ਛੋਟੇ ਖਾਲਾ, ਇਹ ਪਿੰਡ ਵਾਲਿਆਂ ਦੀ ਚੋਕਲੇਟ ਹੁੰਦੀ ਆ, ਚੋਕਲੇਟ ਆ ਪਿੰਡ ਵਾਲਿਆਂ ਦੀ, ਠੀਕ ਆ। ਤੇ ਭਾਜੀ ਆਪਣਾ ਕੀ ਨਾਮ ਕੀ ਆ ਜੀ? ਮੇਰਾ ਸੁਨੀਲ ਕੁਮਾਰ ਹੈ ਜੀ। ਚੰਡੀਗੜ੍ਹ ਹੀ ਰਹਿੰਦੇ? ਹਾਂਜੀ, ਚੰਡੀਗੜ੍ਹ ਰਹਿੰਦੇ। ਕਿੱਥੇ ਚੰਡੀਗੜ੍ਹ? ਕਿੱਥੇ ਚੰਡੀਗੜ੍ਹ? 11 ਸੈਕਟਰ ਰਹਿੰਦੇ ਜੀ। 11 ਸੈਕਟਰ ਸੁਨੀਲ ਕੁਮਾਰ। ਅਤੇ ਕਿੰਨਾ ਗੁੜ ਲੈ ਕੇ ਚੱਲੇ ਤੁਸੀਂ ਅੱਜ? ਅਸੀਂ 52 ਕਿਲੋ ਗੁੜ, 40 ਕਿਲੋ ਸ਼ੱਕਰ। ਇੰਨਾ ਪਿੰਜੀ ਕਰਨਾ ਕਿ ਖਰਾਬ ਨਾ ਹੋ ਜਾਏ? ਅਜੇ ਹੋਰ ਰਿਸ਼ਤੇਦਾਰਾਂ ਨੂੰ ਵੰਡ ਦਾਂਗੇ ਜੀ। ਹੋਰ ਠੀਕ ਹੈ ਜੀ, ਠੀਕ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਭਾਅ ਜੀ ਆਪਾਂ ਕਿਹੜੀ ਜਗ੍ਹਾ ਤੋਂ ਆਏ ਆ ਜੀ? ਖਰੜ ਤੋਂ। ਖਰੜ ਤੋਂ? ਅਤੇ ਤੁਹਾਨੂੰ ਪਹਿਲਾਂ ਵੀ ਆਏ ਕਦੇ? ਹਾਂਜੀ, ਪਹਿਲਾਂ ਆਪਾਂ ਆਏ। ਸੀਨੀਅਰ ਮੈਨੇਜਰ PNB। ਅੱਛਾ, ਸੀਨੀਅਰ ਮੈਨੇਜਰ PNB ਬੈਂਕ ਤੋਂ। ਕਿਹੜੀ ਜਗ੍ਹਾ ਜੀ? ਸੰਗਰੂਰ। ਸੰਗਰੂਰ, ਠੀਕ ਹੈ ਭਾਅ ਜੀ। ਉਦਾਂ ਆਏ ਡਿਸਟ੍ਰਿਕਟ ਮੋਹਾਲੀ ਤੋਂ ਅਸੀਂ। ਠੀਕ ਹੈ ਜੀ। ਪਹਿਲਾਂ ਵੀ ਆਏ, ਥੋੜ੍ਹਾ ਵਧੀਆ ਲੱਗਿਆ ਨਾ, ਤਾਂ ਬੜਿਆ ਬੜਿਆ ਅਸੀਂ ਮਿਲ ਕੇ ਵੀ ਕਿਸੇ ਚਾਹ ਪਾਣੀ ਪੀ ਕੇ ਇਹਨਾਂ ਕੋਲੋਂ ਵਧੀਆ। ਠੀਕ ਹੈ ਜੀ। ਅੱਜ ਫਿਰ ਲੰਘ ਰਹੇ ਤਾਂ ਅੱਜ ਅਸੀਂ ਕਿ ਨਾਲੇ ਤਾਂ ਗੁੜ ਲੈ ਕੇ ਜਾਂਦੇ ਹਾਂ। ਠੀਕ ਹੈ ਜੀ। ਨਾਲੇ ਇਹਨੂੰ ਦਿਖਾ ਜਾਂਦੇ ਵੀ ਆਹ ਵਾ ਕਿਤੇ ਫਿਰ ਵੀ ਆਉਣਾ ਪੈਂਦਾ। ਸਹੀ ਹੈ ਜੀ, ਸਹੀ ਹੈ, ਸਹੀ। ਇਹ ਬੈਂਕ ਵਾਲੇ ਬੰਦੇ ਇਹਦੇ ਇੱਥੇ ਨਵਾਂਸ਼ਹਿਰ ਵੀ ਰਿਹਾ ਵਾ, ਗੜਸ਼ੰਕਰ ਵੀ ਰਿਹਾ। ਠੀਕ ਹੈ ਜੀ। ਜਮਰ ਸਾਹਿਬ ਤੋਂ ਆ ਰਹੇ ਇੱਥੇ ਚੱਲ ਕੇ ਪਾਸ। ਠੀਕ ਹੈ ਜੀ, ਠੀਕ ਹੈ। ਪਰ ਫਿਰ ਵੀ ਘੁੰਮ ਕੇ ਆਇਓ ਗੇਟ ਦੇ ਕੋਲੋਂ ਬੰਗਿਆ ਤੋਂ। ਠੀਕ ਹੈ ਜੀ, ਠੀਕ ਹੈ। ਹੈਗੇ ਚਾਹੇ ਸਭ ਇੱਥੇ? ਹਾਂਜੀ ਹਾਂਜੀ, ਇੱਥੇ ਹੀ ਹੈ ਜੀ। ਲਓ ਜੀ ਗੁੜ ਜੀ, ਤੁਸੀਂ ਕਰੋ ਗੱਲਬਾਤ। ਸਤਿ ਸ਼੍ਰੀ ਅਕਾਲ ਬੀਬੀ ਜੀ। ਸਤਿ ਸ਼੍ਰੀ ਅਕਾਲ ਬੀਬੀ ਜੀ। ਕਿਹੜੀ ਜਗ੍ਹਾ ਤੋਂ ਆਏ ਜੀ ਆਪਾਂ? ਅਸੀਂ ਲੁਧਿਆਣੇ ਤੋਂ ਆਏ। ਸਰਦਾਰ ਜੀ ਦੇ ਰਿਸ਼ਤੇਦਾਰ ਆ ਜਾਂ ਗੁੜ ਲੈਣ ਆਏ ਆ? ਗੁੜ ਲੈਣ ਆਏ ਰਿਸ਼ਤੇਦਾਰ ਹੀ ਹੋ ਗਏ। ਪਹਿਲਾਂ ਵੀ ਲੈ ਕੇ ਗਏ ਕਦੇ? ਹਾਂਜੀ ਹਾਂਜੀ। ਠੀਕ ਹੈ ਜੀ। ਹੋ ਗਏ ਮਹੀਨਾ, 15 ਦਿਨ ਹੋ ਗਏ। ਹਾਂਜੀ, ਠੀਕ ਹੈ। ਤੇ ਕੋਈ ਗੁੜ ਦੀ ਕੋਈ ਖਾਸ ਹੀ ਚਾਹ ਬਣਾਉਣ ਵੇਲੇ ਕੋਈ, ਕਿਉਂਕਿ ਜ਼ਿਆਦਾਤਰ ਬੰਦੇ ਨੂੰ ਤਾਂ ਕਹਿੰਦੇ ਬੰਦਾ ਤਾਂ ਗੁੜ ਦਾ ਖਾ ਕੇ ਸਵਾਦ ਹੀ ਦੱਸ ਸਕਦਾ ਵੀ ਕਿੱਦਾਂ ਦਾ ਸਵਾਦ ਹੈ। ਜਿਹੜਾ ਅਸਲ ਜਦੋਂ ਚਾਹ ਬਣਾਉਂਦੇ ਨਾ ਲੋਕੀ, ਉਹ ਜ਼ਿਆਦਾ ਬੀਬੀਆਂ ਨੂੰ ਹੀ ਪਤਾ ਹੁੰਦਾ ਵੀ ਗੁੜ ਦੇ ਵਿੱਚ ਕੀ ਖਾਸੀਅਤ ਆ। ਅਸੀਂ ਚਾਹ ਵਾਸਤੇ ਵੀ ਜਾਂਦੇ। ਠੀਕ ਹੈ ਜੀ। ਚਾਹ ਬਣਦੀ ਹੈ? ਚਾਹ ਵਧੀਆ ਬਣਦੀ ਹੈ। ਠੀਕ ਹੈ ਜੀ। ਦੁੱਧ ਪਾ ਕੇ ਵਾੜੋ, ਦੁੱਧ ਫੁੱਟ ਜਾਂਦੀ ਹੈ।
ਠੀਕ ਆ ਜੀ ਇਹੀ ਹੁੰਦਾ ਵੀ ਦੁੱਧ ਫੁੱਟੇ ਦੀ ਮਤਲਬ ਇਹ ਵੀ ਗੁੜ ਦੀ ਪਹਿਚਾਣ ਆ ਕਿ ਜੇ ਤੁਸੀਂ ਦੁੱਧ ਗੁੜ ਦੇ ਵਿੱਚ ਦੁੱਧ ਦੇ ਵਿੱਚ ਗੁੜ ਪਾਉਂਦੇ ਆ ਉਹਨੂੰ ਉਬਾਲਦੇ ਆ ਤਾਂ ਦੁੱਧ ਫੁੱਟੂਗਾ ਨਹੀਂ ਤੁਸੀਂ ਆਪਣੇ ਘਰ ਦੇ ਵਿੱਚ ਮਤਲਬ ਖੰਡ ਜੇ ਮਤਲਬ ਖੰਡ ਤੇ ਗੁੜ ਕਿੰਨਾ ਕੁ ਯੂਜ਼ ਕਰਦੇ ਖੰਡ ਕਿੰਨੀ ਕੁ ਯੂਜ਼ ਕਰਦੇ ਬੰਦ ਕਰਤੀ ਜਿੱਦਣ ਦੇ ਗੁੜ ਲੈ ਕੇ ਗਏ ਜਿੱਦਣ ਵੇਲਣਾ ਬੰਦ ਹੋ ਗਿਆ ਜਿੱਦਣ ਗੁੜ ਰੁਣਾ ਰਿਹਾ ਫੇਰ ਕੀ ਕਰੂੰਗੇ ਪਹਿਲਾਂ ਉਹਦੇ ਤੇ ਮੈਨੂੰ 25 ਕਿਲੋ ਲੈ ਕੇ ਗਏ ਸੀ ਥੋੜਾ ਹੋਰ ਲੈ ਜਾਣਾ 6 ਮਹੀਨੇ ਸਾਲ ਨਿਕਲੇ ਇਦਾਂ ਵੀ ਸਰਦਾਰ ਨੂੰ ਵੇਲਣਾ ਚਲਾ ਲੈ ਸਹੀ ਹੈ ਜੀ ਸਹੀ ਆ ਮਤਲਬ ਖੰਡ ਬੰਦ ਕਰ ਦਿੱਤੀ ਉਦਣ ਦੀ ਠੀਕ ਆ ਜੀ ਤੇ ਜਿਹੜੀ ਬੀਬੀ ਦੀ ਇੱਕ ਹੋਰ ਚੀਜ਼ ਤੁਸੀਂ ਦੱਸ ਸਕਦੇ ਆ ਜਿਹੜੀ ਖੰਡ ਤੇ ਗੁੜ ਦੀ ਔਸਤ ਆ ਜਿੱਦਾਂ ਹੁਣ ਆਪਾਂ 1 ਕਿਲੋ ਗੁੜ ਲਾ ਲਈਏ ਤੇ 1 ਕਿਲੋ ਖੰਡ ਲਾ ਲਈਏ ਜੇ ਮੰਨ ਲਓ ਆਪਾਂ ਮਤਲਬ ਕਹਿਣ ਦਾ ਜੀ ਖੰਡ ਦੀ 1 ਕਿਲੋ ਦੇ ਨਾਲ 30 ਵਾਰੀ ਚਾਹ ਬਣਦੀ ਆ ਤਾਂ ਗੁੜ 1 ਕਿਲੋ ਗੁੜ ਦੇ ਨਾਲ ਕਿੰਨੀ ਵਾਰੀ ਚਾਹ ਬਣ ਜੂਗੀ ਇਹ ਕਦੇ ਅਸੀਂ ਸੋਚਿਆ ਨਹੀਂ ਇਹਦੇ ਬਾਰੇ ਕੋਈ ਅੰਦਾਜ਼ਾ ਕੋਈ ਕੱਢਿਆ ਨਹੀਂ ਇਹਦਾ ਚਾਹ ਦੇ ਪਿੰਡ ਕਰਦਾ ਕਿਸੇ ਵੇਲੇ ਚਾਹ ਕਿੰਨੇ ਦੇ ਘੱਟ ਬਣਦੀ ਆ ਬਹੁਤ ਪਸੰਦ ਆਇਆ ਇਹਨਾਂ ਦਾ ਗੁੜ ਗੁੜ ਬਹੁਤ ਵਧੀਆ ਜਿਹੜਾ ਬਣਾਉਂਦੇ ਸਾਸ ਨੂੰ ਪਾ ਕੇ ਇਹ ਵੀ ਦਿੰਦੇ ਖਾਣ ਲਈ ਵੀ ਤੇ ਸ਼ੱਕਰ ਵੀ ਤੇ ਆਮ ਗੁੜ ਘਰੇ ਵਰਤਣ ਲਈ ਵੀ ਫਿਰ ਲੈਣ ਆਏ ਆ ਹੁਣ ਸਾਲ ਦਾ ਗੋਟਾ ਲੈਣ ਆਇਆ ਜੀ ਕਿੰਨਾ ਚਿਰ ਹੋ ਗਿਆ ਜੀ ਸਾਲ ਹੋ ਗਿਆ ਮੈਨੂੰ 4 ਸਾਲ ਹੋ ਗਏ ਪਹਿਲਾਂ ਮੈਂ ਵੀ ਫਿੱਕੀ ਪੀਣੀ ਸ਼ੁਰੂ ਕਰਦੇ ਸੀ ਇਹ ਫਿੱਕੀ ਦਾ ਬਿਲਕੁਲ ਵੀ ਸ਼ੱਕਰ ਵਾਲੀ ਚਾਹ ਪੀਆ ਦਾ ਗੁੜ ਦੇ ਵਿੱਚ ਕੈਲਸ਼ੀਅਮ ਵੀ ਹੁੰਦਾ ਕੈਲਸ਼ੀਅਮ ਦੀ ਘਾਟ ਨਹੀਂ ਆਉਣ ਦਿੰਦਾ ਰੋਟੀ ਖਾ ਕੇ ਮਗਰ ਰੋੜੀ ਗੁੜ ਦੀ ਲੈ ਲਓ ਥੋੜ੍ਹੀ ਜਿਹੀ ਤੇ ਠੀਕ ਰਹਿੰਦਾ ਹਾਜ਼ਮਾ ਹੁਜ਼ਮਾ ਠੀਕ ਰਹਿੰਦਾ ਸਤਿ ਸ਼੍ਰੀ ਅਕਾਲ ਸਰਦਾਰ ਜੀ ਸਭ ਤੋਂ ਪਹਿਲਾਂ ਤਾਂ ਦੱਸੋ ਜੀ ਆਪਣਾ ਪਿੰਡ ਅਤੇ ਆਪਣਾ ਨਾਮ ਮੈਂ ਚਰਨਜੀਤ ਸਿੰਘ ਝੱਜ ਪਿੰਡ ਗਹਿਲ ਮਜਾਰੀ ਠੀਕ ਹੈ ਜੀ ਜ਼ਿਲ੍ਹਾ ਸਾਡਾ ਸ਼ਹੀਦ ਭਗਤ ਸਿੰਘ ਨਗਰ ਤਹਿਸੀਲ ਬੰਗਾ ਆ ਠੀਕ ਹੈ ਜੀ ਅਤੇ ਮੈਂ ਗੰਨੇ ਦੀ ਖੇਤੀ ਕਰਦਾ ਨਾਲ ਦੂਜੀਆਂ ਫਸਲਾਂ ਜਿਵੇਂ ਕਣਕ ਝੋਨਾ ਸਾਰੀਆਂ ਫਸਲਾਂ ਬੀਜਦਾ ਠੀਕ ਪਰ ਇੱਕ ਮੈਂ ਤੁਹਾਨੂੰ ਗੱਲ ਰੋਕੂੰਗਾ ਇੱਥੇ ਤੁਹਾਡੀ ਟੌਹਰ ਦੇਖ ਕੇ ਤਾਂ ਇੱਦਾਂ ਲੱਗਦਾ ਕਿ ਜਿੱਦਾਂ ਕੋਈ NRI ਸਰਦਾਰ ਹੁੰਦਾ ਮੈਂ ਸਮਝਣਾ ਵੀ ਪਹਿਲਾਂ ਤਾਂ ਕੱਪੜੇ ਇੱਦਾਂ ਹੀ ਵਧੀਆ ਪਾ ਕੇ ਰਹਿੰਦਾ ਠੀਕ ਹੈ ਇੱਦਾਂ ਖੇਤਾਂ ਨੂੰ ਚੱਲ ਜਾਣਾ ਇੱਦਾਂ ਇੱਥੇ ਬੈਠਾ ਠੀਕ ਹੈ ਪਰ ਦੇਖੋ ਬਹੁਤ ਇਹ ਤਾਂ ਨਹੀਂ ਹੈਗਾ ਵੀ ਅਸੀਂ ਲਿਬੜ ਕੇ ਕੰਮ ਕਰਾਂਗੇ ਤਾਂ ਹੀ ਖੇਤੀ ਹੋਊਗੀ ਸਹੀ ਆ ਅਤੇ ਸੀ ਨਾ ਮਤਲਬ ਜਿਹੜੇ ਆਮ ਆਪਣੇ ਜਿੱਦਾਂ ਪੰਜਾਬੀ ਆ ਇਹ ਤੁਹਾਡਾ ਜਿਹੜਾ ਸਾਰਾ ਇਹ ਪ੍ਰੋਜੈਕਟ ਆ ਮਤਲਬ ਮੈਨੂੰ ਲੱਗਦਾ ਕਿ ਹੋਰ ਵੀ ਲੋਕਾਂ ਨੂੰ ਇਹ ਚੀਜ਼ ਅਡੋਪਟ ਕਰ ਲੈਣੀ ਚਾਹੀਦੀ ਹੈ ਨਾ ਅਤੇ ਤੁਸੀਂ ਮਤਲਬ ਪੁੱਛਣਾ ਤਾਂ ਨਹੀਂ ਚਾਹੀਦਾ ਵੀ ਤੁਹਾਨੂੰ ਕਿੰਨਾ ਕੁ ਅਸੀਂ ਪੁੱਛ ਸਕਦੇ ਵੀ ਕਿੰਨਾ ਕੁ ਮੁਨਾਫੇ ਦੇ ਵਿੱਚ ਤੁਸੀਂ ਰਹਿੰਦੇ ਆ ਦੇਖੋ ਇਹ ਆਪਾਂ ਨੂੰ 100 ਰੁਪਈਆ ਕੁਇੰਟਲ ਗੰਨੇ ਮਗਰ ਬਚੀ ਜਾਂਦਾ ਸਾਰੇ ਖਰਚੇ ਕੱਢ ਕੇ
ਠੀਕ ਆ ਜੀ 100 ਰੁਪਏ ਕੁਇੰਟਲ ਗੰਨੇ ਮਗਰ ਸਾਨੂੰ ਬਚੀ ਜਾਂਦੇ ਬਹੁਤ ਵਧੀਆ ਆ ਤੇ ਕਿੰਨੇ ਸਾਲ ਹੋ ਗਏ ਜੀ ਬੇਲਣਾ ਲੱਗੇ ਨੂੰ ਇਹਨੂੰ ਆਪਾਂ ਨੂੰ 2 ਸਾਲ ਆ ਦੂਜਾ ਸਾਲ ਜਾ ਰਿਹਾ ਪਿਛਲੇ ਸਾਲ ਆ ਪਿਛਲੇ ਸਾਲ ਥੋੜਾ ਛੋਟਾ ਸੀ ਪ੍ਰੋਜੈਕਟ ਇਸ ਵਾਰੀ ਵੱਡਾ ਕਰ ਲਿਆ ਠੀਕ ਆ ਜੀ ਤੇ ਆਪਣੇ ਗੁੜ ਦੀ ਕੋਈ ਖਾਸੀਅਤ ਜਿਹੜੀ ਤੁਹਾਡੇ ਗੁੜ ਦੀ ਸਭ ਤੋਂ ਮੇਨ ਚੀਜ਼ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇੱਕ ਅਸੀਂ ਮਸਾਲੇ ਵਾਲਾ ਗੁੜ ਬਣਾਉਂਦੇ ਹਾਂ ਜਿਹਦੇ ਵਿੱਚ 12 ਕਿਲੋ ਗੁੜ ਦੇ ਵਿੱਚ ਇੱਕ ਪਾਈਆ ਦੇਸੀ ਘੇ ਪਾਉਂਦੇ ਹਾਂ ਇੱਕ ਪਾਈਆ ਮਿੱਠੀ ਸੌਂਫ ਪਾਉਂਦੇ ਹਾਂ ਪੀਸ ਕੇ ਸੁੰਡ ਪਾਉਂਦੇ ਹਾਂ ਪਾਈਆ 100 ਗ੍ਰਾਮ ਜੁਆਇਨ ਪਾਉਂਦੇ ਹਾਂ ਅਤੇ ਸਰਦੀਆਂ ਦੇ ਵਿੱਚ ਅਸੀਂ ਉਹਦੇ ਵਿੱਚ ਫਰੂਟ ਜੀਰਾ ਪਾਊਡਰ ਬਰਾਦਾ ਉਹ ਪਾਉਂਦੇ ਸੀ ਪਾਈਆ ਅਤੇ ਅੱਧਾ ਕਿਲੋ ਪਾਉਂਦੇ ਸੀ ਮੂੰਗਫਲੀ ਜੀਰੀ ਹੁਣ ਅਸੀਂ ਉਹ ਬੰਦ ਕਰਤੀ ਕਿਉਂਕਿ ਜਿਹੜੀ ਹੁਣ ਸੁੰਡੀ ਲੱਗਣ ਲੱਗ ਪੈਂਦੀ ਆ ਥੋੜ੍ਹਾ ਚਿਰ ਰਹਿੰਦੀ ਆ ਹੁਣ ਅਸੀਂ ਇਹ ਚਾਰ ਚੀਜ਼ਾਂ ਪਾਉਂਦੇ ਹਾਂ ਭਾਵੇਂ 2 ਸਾਲ ਰੱਖ ਲਓ ਸਾਲ ਰੱਖ ਲਓ ਪਰ ਥੋੜ੍ਹਾ ਜਿਹਾ ਸਾਂਭ ਸੰਭਾਲ ਵੀ ਕਰਨੀ ਪੈਂਦੀ ਹੈ ਚੀਜ਼ ਦੀ ਠੀਕ ਹੈ ਅਤੇ ਬਾਕੀ ਜਿਹੜਾ ਦੂਜਾ ਗੁੜ ਆ ਚਾਹ ਵਾਲਾ ਉਹ ਆਮ ਚਾਹ ਗੁੜ ਹੁੰਦਾ ਉਸੇ ਤਰ੍ਹਾਂ ਆ ਸ਼ੱਕਰ ਵਧੀਆ ਆ ਅਤੇ ਬਹੁਤੇ ਬ੍ਰਾਂਡ ਅਸੀਂ ਜ਼ਿਆਦਾ ਨਹੀਂ ਬਣਾਉਂਦੇ ਕਿਉਂ ਸਾਡੇ ਕੋਲ ਗੁੜੇ ਨਹੀਂ ਤਿਆਰ ਹੁੰਦਾ ਅਸੀਂ 5 ਤੋਂ 6 ਕੁਇੰਟਲ ਰੋਜ਼ਾਨਾ ਗੁੜ ਵੇਚਦੇ ਹਾਂ ਠੀਕ ਹੈ ਜੀ 5 ਤੋਂ 6 ਕੁਇੰਟਲ ਰੋਜ਼ਾਨਾ ਗੁੜ ਦੀ ਸੇਲ ਹਾਂਜੀ ਅਤੇ ਇੱਕ ਚੀਜ਼ ਮੈਂ ਚਾਹੁੰਗਾ ਕਿ ਤੁਸੀਂ ਇਹ ਪੰਪਲੇਟ ਆ ਤੁਸੀਂ ਆਪਣੇ ਪੰਪਲੇਟ ਆ ਹੱਥ 'ਚ ਫੜਿਓ ਹਾਂਜੀ ਅਤੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਕਿ ਅੱਜ ਜਿੱਦਾਂ ਹੈ ਨਾ ਮਤਲਬ ਪੰਪਲੇਟ ਦਿਖਾਈਓ ਜਿੱਦਾਂ ਅੱਜ ਦੀ ਡੇਟ ਦੇ ਵਿੱਚ ਨਾ ਜੇ ਤੁਸੀਂ ਗੁੜ ਲੈਣਾ ਹੋਵੇ ਤਾਂ ਮੈਂ ਕਹੂੰਗਾ ਵੀ ਜਿਹੜਾ ਗੁੜ ਆ ਜਿਹੜਾ ਮਤਲਬ ਸੜਕਾਂ 'ਤੇ ਅਸੀਂ ਦੇਖਦੇ ਹਾਂ ਮਤਲਬ ਬਹੁਤ ਆਮ ਵੇਲੇ ਦੱਸਦੇ ਆ ਹੈ ਨਾ ਉਹੀ ਮਤਲਬ 65-70 ਰੁਪਏ ਕਿਲੋ ਉਹੀ ਗੁੜ ਵੇਚੀ ਜਾਂਦੇ ਹੈ ਨਾ ਅਤੇ ਇੱਕ ਖਾਸੀਅਤ ਇਹ ਵੀ ਹੈ ਕਿ ਵਧੀਆ ਦੇਸੀ ਗੁੜ 55 ਰੁਪਏ ਪ੍ਰਤੀ ਕਿਲੋ ਮਿਲਾਵਟ ਸਾਬਤ ਕਰਨ ਵਾਲੇ ਨੂੰ 5000 ਦਾ ਇਨਾਮ ਦਿੱਤਾ ਜਾਵੇ ਇਸ ਗੱਲ ਪਿੱਛੇ ਕੀ ਰਾਜ ਆ ਮਤਲਬ ਤੁਹਾਡੇ ਤੱਕ ਤੁਹਾਨੂੰ ਕਦੇ ਕਿਸੇ ਨੇ ਕਿਹਾ ਵੀ ਤੁਹਾਡੇ ਕੋਲ ਗੁੜ ਦੇ ਵਿੱਚ ਮਿਲਾਵਟ ਆ ਜਾਂ ਫਿਰ ਅਦੇ ਇੱਥੇ ਆਉਂਦੇ ਆ ਕਈ ਬੰਦੇ ਉਹ ਆ ਕੇ ਕਹਿੰਦੇ ਆ ਜੀ ਤੁਸੀਂ ਖੰਡ ਤਾਂ ਨਹੀਂ ਪਾਉਂਦੇ ਕੋਈ ਕਹਿੰਦਾ ਤੁਸੀਂ ਰੰਗ ਤਾਂ ਨਹੀਂ ਪਾਉਂਦੇ ਫਿਰ ਉਹਨਾਂ ਨੂੰ ਅਸੀਂ ਤਸੱਲੀ ਕਰ ਲਈ ਆ ਵੀ ਵਾਕਿਆ ਇਹਦੇ ਵਿੱਚ ਨਹੀਂ ਪਾਉਂਦੇ ਠੀਕ ਹੈ ਹਾਂ ਤੇ ਉਹ ਜਿਵੇਂ ਕਿ ਦੂਜੇ ਬੇੜਿਆਂ ਤੇ ਜਿਹੜੇ ਯੂਪੀ ਵਾਲੇ ਆ ਉਹਨਾਂ ਦੇ ਵਿੱਚ ਇੱਦਾਂ ਦੀ ਮਿਲਾਵਟਾਂ ਕਰਦੇ ਆ ਅਗਲਾ ਉਸੇ ਕਰਕੇ ਸਾਨੂੰ ਪੁੱਛਣ ਆ ਜਾਂਦਾ ਤੇ ਅਸੀਂ ਅਗਲੇ ਨੂੰ ਦੱਸ ਦਈਦਾ ਲੈ ਪੜ੍ਹ ਲੈ ਜਦ ਸਾਨੂੰ ਮਿਲਾਵਟ ਕੱਢਦੇ 5000 ਰੁਪਈਆ ਲੈ ਜੀ ਇੱਕ ਚੀਜ਼ ਹੋਰ ਦੱਸੋ ਜਿਹੜਾ ਜਿੰਨਾ ਵੀ ਤੁਸੀਂ ਗੰਨਾ ਯੂਜ਼ ਕਰਦੇ ਆ ਇਹ ਗੁੜ ਬਣਾਉਣ ਲਈ ਇਹ ਤੁਹਾਡੇ ਘਰ ਦੇ ਖੇਤਾਂ ਦਾ ਮੇਰੇ ਆਪਣੇ ਮੈਂ 45 ਖੇਤ ਗੰਨੇ ਦੇ ਬੀਜੇ ਹੋ ਠੀਕ ਹੈ ਜੀ ਉਹਦੇ ਵਿੱਚੋਂ ਅਸੀਂ ਥੋੜ੍ਹਾ ਜਿਹਾ ਮਿਲ ਤੇ ਲਾਇਆ ਬਾਕੀ ਸਾਰਾ ਅਸੀਂ ਇੱਥੇ ਹੀ ਪੀੜ ਦਿੱਤਾ ਕੁਛ ਸਾਡਾ ਬੀਜ ਪੈ ਗਿਆ ਸੀਡ ਅਤੇ ਬਾਕੀ ਅਸੀਂ ਸਾਰਾ ਗੰਨਾ ਗੁੜੇ ਵਿੱਚ ਆ ਅਤੇ ਜੇ ਕਦੇ ਮਤਲਬ ਤੁਹਾਨੂੰ ਕਦੇ ਗੁੜ ਦੀ ਮਤਲਬ ਸੋਰੀ ਜੇ ਗੰਨੇ ਦੀ ਘਾਟ ਹੋਵੇ ਕੋਈ ਹੋਰ ਜ਼ਿਮੀਦਾਰ ਭਰਾ ਵੀ ਤੁਹਾਡੇ ਕੋਲ ਇੱਥੇ ਗੰਨਾ ਸਿੱਟ ਕੇ ਜਾਂਦਾ ਜਾਂ ਫਿਰ ਤੁਸੀਂ ਆਪਣੇ ਘਰ ਦਾ ਹੀ ਗੰਨਾ ਯੂਜ਼ ਕਰਦੇ ਆ ਮੈਂ ਜਿੰਨਾ ਕੁ ਗੰਨਾ ਬਾਹਰੋਂ ਲਿਆ ਸੀ ਉਨਾ ਕੁ ਗੰਨਾ ਮੈਨੂੰ ਮਿਲ ਤੇ ਲਾਉਣਾ ਪਿਆ ਕਿਉਂਕਿ ਮੇਰੇ ਕੋਲ ਪਹਿਲਾਂ ਜਿਹੜੇ ਮੁੰਡੇ ਗੰਨੇ ਸੀ ਉਹ ਮੇਰੇ ਕੋਲ ਖਤਮ ਹੋ ਗਿਆ ਸੀ ਮੇਰੇ ਕੋਲ ਬੀਜੜ ਗੰਨਾ ਰਹਿ ਗਿਆ ਸੀ ਜਿਹੜਾ ਬੀਜੜ ਗੰਨਾ ਆ ਉਹਦਾ ਉਸ ਵੇਲੇ ਉਨਾ ਗੁੜ ਨਹੀਂ ਸੀ ਵਧੀਆ ਬਣਦਾ ਉਸ ਵੇਲੇ ਮੈਨੂੰ ਥੋੜ੍ਹਾ ਜਿਹਾ ਚਿਰ ਲੈਣਾ ਪੈ ਗਿਆ ਹੁਣ ਅਸੀਂ ਇਸ ਵਾਰੀ ਆਪਾਂ ਮੁੰਡੇ ਜ਼ਿਆਦਾ ਰੱਖ ਲਏ ਠੀਕ ਹੈ ਅਤੇ ਹੁਣ ਆਪਾਂ ਨੂੰ ਅਗਲੇ ਸਾਲ ਨਹੀਂ ਮੁੱਲ ਲੈਣਾ ਪੈਂਦਾ ਠੀਕ ਹੈ ਜੀ ਅਤੇ ਇੱਕ ਚੀਜ਼ ਜਿਹੜਾ ਮਤਲਬ ਵੇਲਣੇ ਦਾ ਸੀਜ਼ਨ ਹੁੰਦਾ ਜਿੱਦਾਂ ਹੁਣ ਤੁਸੀਂ ਦੱਸਦੇ ਹੋ ਕਿ 2 ਸਾਲ ਹੋ ਗਿਆ ਵੇਲਣਾ ਚੱਲਣ ਨੂੰ ਤੁਹਾਡਾ ਜਿਹੜਾ ਵੇਲਣਾ ਸਾਲ ਦੇ ਵਿੱਚ ਕਿੰਨੇ ਮਹੀਨੇ ਚੱਲਦਾ ਵਧੀਆ ਵਧੀਆ ਤਰੀਕੇ ਨਾਲ ਤਾਂ 5 ਮਹੀਨੇ ਚੱਲਦੇ ਅੱਛਾ ਜੀ ਉਹ ਕਿਹੜੇ ਮਹੀਨੇ ਤੋਂ ਲੈ ਕੇ ਕਿਹੜੇ ਮਹੀਨੇ ਤੱਕ ਜਿਵੇਂ ਨਵੰਬਰ ਦੇ ਐਂਡ ਤੋਂ ਲੈ ਕੇ ਵੱਧ ਤੋਂ ਵੱਧ ਅਪ੍ਰੈਲ ਦੀ 15 ਤੱਕ ਅਤੇ ਜੇ ਗੁੜ ਜਿੱਦਾਂ ਹੁਣ ਮਤਲਬ ਮੈਂ ਕੈਮਰੇ 'ਚ ਇੱਕ ਵਾਰੀ ਫਿਰ ਦਿਖਾਊਂਗਾ ਕਿ ਭਾਜੀ ਹੁਣੀ ਚੰਡੀਗੜ੍ਹ ਤੋਂ ਆਇਆ ਸਪੈਸ਼ਲ ਜੀ ਗੁੜ ਲੈਣ ਅਤੇ ਇੱਕ ਚੀਜ਼ ਮੈਂ ਫਿਰ ਪੁੱਛਣੀ ਚਾਹੁੰਦਾ ਜਿੱਦਾਂ ਹੁਣ ਇਹ ਐਡੀ ਦੂਰੋਂ ਆਇਆ ਕਿ ਤੁਸੀਂ ਮਤਲਬ ਕੋਈ ਇੱਦਾਂ ਦੀ ਸਰਵਿਸ ਨਹੀਂ ਹੈਗੀ ਕਿ ਮਤਲਬ ਤੁਸੀਂ ਗੁੜ ਨੂੰ ਡਿਲੀਵਰ ਕਰਦੇ ਹੋਵੋ ਡਿਲੀਵਰ ਕਰੀਏ ਜੇ ਹੁਣ ਕਿਸੇ ਨੇ 20 ਕਿਲੋ ਲੈਣਾ 30 ਕਿਲੋ ਲੈਣਾ ਜਾਂ ਤਾਂ ਇਕੱਠਾ ਹੋਵੇ ਫਿਰ ਤਾਂ ਕਰ ਸਕਦੇ ਹਾਂ ਹੁਣ ਜੇ 20 ਕਿਲੋ 30 ਕਿਲੋ ਅਸੀਂ ਦੇਣ ਥੋੜ੍ਹੀ ਜਾਵਾਂਗੇ ਠੀਕ ਆ ਜੀ ਅਤੇ ਇੱਕ ਚੀਜ਼ ਹੋਰ ਮੈਂ ਚਾਹੁੰਗਾ ਤੁਸੀਂ ਥੋੜ੍ਹਾ ਜਿਹਾ ਆ ਜਾਓ ਸਾਡੇ ਨਾਲ ਅਤੇ ਮਤਲਬ ਆਪਣਾ ਜਿਹੜਾ ਪ੍ਰੋਜੈਕਟ ਆ ਜਿੱਦਾਂ ਵੇਲਣੇ ਨੂੰ ਤੁਸੀਂ ਇੱਕ ਤਾਂ ਬਿਲਕੁਲ ਸਾਫ਼ ਸੁਥਰਾ ਜਿੱਦਾਂ ਸਾਰਾ ਇਹ ਸ਼ੈੱਡ ਦੇ ਅੰਡਰ ਆ ਹੈ ਨਾ ਅਤੇ ਮੈਂ ਚਾਹੁੰਗਾ ਵੇਲ ਜਿਹੜਾ ਬਾਹਰ ਤੁਸੀਂ ਵੇਲਣਾ ਉਹਦੇ ਬਾਰੇ ਲਾਇਆ ਹਾਂਜੀ ਇੱਕ ਤਾਂ ਅਸੀਂ ਮੱਖੀ ਮੱਛਰ ਤੋਂ ਵੀ ਮੱਖੀ ਮੱਛਰ ਆਉਣ ਨਾਲ ਕਈ ਵਾਰੀ ਗੁੜ 'ਤੇ ਬਹਿ ਜਾਂਦਾ ਉਹਦੇ ਵਿੱਚ ਪੈ ਜਾਂਦਾ ਹਾਂਜੀ ਅਤੇ ਬਾਕੀ ਦੂਏ ਨੰਬਰ 'ਤੇ ਰਾਤ ਨੂੰ ਦਰਵਾਜ਼ਾ ਬੰਦ ਹੋ ਜਾਂਦਾ ਰਾਤ ਨੂੰ ਕੁੱਤੇ ਕੜਾਹੀ ਵੀ ਚੱਟਦੇ ਸਨ ਠੀਕ ਆ ਇਹ ਸਾਫ਼ ਸੁਥਰਾ ਆਪਾਂ ਧਿਆਨ ਰੱਖਿਆ ਸਾਫ਼ ਸਫਾਈ ਠੀਕ ਆ ਜੀ ਤੇ ਇੱਕ ਵਾਰੀ ਆਓ ਮੈਨੂੰ ਵੇਲਣੇ ਬਾਰੇ ਵੀ ਆਪਣੇ ਦੱਸੋ ਥੱਲੇ ਵੀ ਪੂਰੇ ਕੱਚਾ ਨਹੀਂ ਹੈਗਾ ਬਿਲਕੁਲ ਬਿਲਕੁਲ ਤੇ ਹਰ ਚੀਜ਼ ਦਾ ਧਿਆਨ ਨਾਲ ਮੈਂ ਵੀ ਇਹ ਚੀਜ਼ ਇੱਕ ਵਾਰੀ ਕਹਿਣਾ ਚਾਹੁੰਦਾ ਜੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਵੀ ਜਿੰਨਾ ਤੁਸੀਂ ਵੇਲਣੇ ਦੇ ਕਿਤੇ ਵੀ ਇੰਨੇ ਵੇਲ ਮਤਲਬ ਕਿਤੇ ਵੀ ਵੇਲਣੇ ਤੇ ਤੁਹਾਨੂੰ ਇੰਨੀ ਸਫਾਈ ਨਹੀਂ ਮਿਲਣੀ ਜਿੰਨੀ ਇਸ ਵੇਲਣੇ ਉੱਪਰ ਤੁਹਾਨੂੰ ਦੇਖਣ ਨੂੰ ਸਫਾਈ ਮਿਲਦੀ ਹੈ ਨਾ 70,000 ਦਾ ਤਾਂ ਮੈਂ ਪੇਂਟ ਹੀ ਕਰਾ ਦਿੱਤਾ ਇਹਨੂੰ ਠੀਕ ਹੈ ਜੀ ਹਾਂ ਸਾਰਾ ਠੀਕ ਹੈ ਜੀ ਮਤਲਬ ਪੇਂਟ ਕਰਾਇਆ ਪੇਂਟ ਨਾਲ ਦੂਰੋਂ ਚਮਕਦਾ ਇਹ ਸਰ ਰਾਜ ਜੀ ਕਿੰਨੇ ਦੀ ਮੋਟਰ ਲਾਈ ਹੋਈ ਹੈ 10
ਹਾਰਸ ਪਾਵਰ ਦੀ ਮੋਟਰ ਆ ਠੀਕ ਹੈ ਜੀ 960 ਚੱਕਰ ਦੀ ਠੀਕ ਹੈ ਜੀ ਥੋੜੀ ਪਾਵਰ ਵੱਧ ਹੁੰਦੀ ਆ 10 ਨਾਲ ਠੀਕ ਹੈ ਜੀ ਸਲੋ ਚੱਲਦੇ ਕਰ ਠੀਕ ਹੈ ਜੀ ਤੇ ਇੱਕ ਮਤਲਬ 1 ਘੰਟੇ ਵਿੱਚ ਕਿੰਨੇ ਕੁਇੰਟਲ ਗੰਨਾ ਪੀੜ ਦਿੰਦੀ ਜੀ ਇਹਦੀ ਕਮਿਸਟਰੀ ਆ 12 ਕੁਇੰਟਲ 11 ਕੁਇੰਟਲ ਗੰਨਾ 1 ਘੰਟੇ 'ਚ ਪੀੜ ਦਿੰਦੀ ਹੈ 1 ਘੰਟੇ ਵਿੱਚ ਇਹ ਕ੍ਰੈਸ਼ਰ ਆ ਇਹਦਾ ਜਿਹੜਾ ਆਹਾਂ ਬਾਲਣ ਹੈਗਾ ਜਿਹੜਾ ਮਤਲਬ ਪੀੜ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੀੜ ਹਾਂਜੀ ਇਹ ਬੜਾ ਬਰੀਕ ਕੱਢਦਾ ਠੀਕ ਹੈ ਜੀ ਤੇ ਇਹ ਵੀ ਉਹ ਦੂਸਰੇ ਸਾਈਡ ਮੈਂ ਦੇਖਦਾ ਜਿਹੜੀਆਂ ਜਿੱਦਾਂ ਹੁਣ ਕਹਿੰਦੇ ਹੁੰਦੇ ਝੋਨੇ ਦੀ ਪਰਾਲੀ ਦੀਆਂ ਜਿਹੜੀਆਂ ਉਹ ਗੱਠਾ ਬਣਾ ਕੇ ਉਹਦਾ ਕਰਦੇ ਆ ਤੇ ਇਹ ਵੀ ਤੁਸੀਂ ਮਤਲਬ ਆਹ ਸਿਸਟਮ ਮੇਰੇ ਖਿਆਲ ਨਾਲ ਪੀੜ ਦਾ ਕਰਦੇ ਆ ਜੀ ਇਹ ਬਾਲਣ ਤਾਂ ਵਰਤਦੇ ਆ ਖੋਰੀ ਦੀਆਂ ਅੱਛਾ ਅੱਛਾ ਖੋਰੀ ਆ ਇਹ ਠੀਕ ਹੈ ਇਹ ਤੁਸੀਂ ਬਾਹਰੋਂ ਲਿਆਉਂਦੇ ਆ ਇਹ ਮਤਲਬ 2 ਟਰਾਲੀਆਂ ਮੰਗਾ ਲਈਆਂ ਆਪਾਂ ਠੀਕ ਹੈ ਜੀ ਇਹ ਹੁਣ ਸਾਡੇ ਕੋਲ ਜਿਹੜਾ ਬਾਲਣ ਹੈ ਜਮਾਂ ਅਗਲੇ ਸਾਲ ਹੀ ਕਰਦੇ ਆ ਠੀਕ ਹੈ ਜਿਹੜਾ ਆਹ ਪੀੜ ਆ ਇਹ ਅਗਲੇ ਸਾਲ ਹੀ ਜਮਾਂ ਕਰ ਰਹੇ ਆ ਸਾਹ ਜੀ ਇੱਕ ਚੀਜ਼ ਮੈਂ ਹੋਰ ਪੁੱਛਣੀ ਸੀ ਕਿ ਮੈਂ ਦੇਖਿਆ ਵੀ ਜ਼ਿਆਦਾਤਰ ਤਾਂ ਜਿੱਥੇ ਰਸ ਡਿੱਗਦੀ ਹੁੰਦੀ ਕਿਸੇ ਵੀ ਵੇਲਣੇ ਦੇ ਆਪਾਂ ਦੇਖਦੇ ਹਾਂ ਜਿੱਥੇ ਰਸ ਡਿੱਗਦੀ ਹੁੰਦੀ ਹੈ ਨਾ ਉੱਥੇ ਨਾਲੇ ਹੀ ਉਹਨਾਂ ਨੇ ਵੱਡੇ ਵੱਡੇ ਕੜਾਹੇ ਰੱਖੇ ਹੁੰਦੇ ਆ ਜਾਂ ਟੈਂਕੀਆਂ ਰੱਖੀਆਂ ਹੁੰਦੀਆਂ ਨਾ ਹਨਾ ਤੁਹਾਡੇ ਮਤਲਬ ਰਸ ਕਿੱਧਰਲੇ ਪਾਸੇ ਜੀ ਇਹ ਤਾਂ ਜਾ ਕੇ ਅੰਦਰ ਹੌਦੀ 'ਚ ਪੈ ਜਾਂਦੀ ਆ ਚਲੇ 'ਚ ਠੀਕ ਆ ਜੀ ਵਿੱਚ ਅੰਦਰ ਪੈਪ ਲੱਗਿਆ ਆਟੋਮੈਟਿਕ ਪੈਪ ਅੰਦਰ ਚਲ ਜਾਂਦੀ ਆ ਮਤਲਬ ਕਹਿੰਦਾ ਕਿ ਰਸ ਇੱਥੋਂ ਵੇਲਣੇ 'ਚੋਂ ਸਿੱਧੀ ਹੌਦੀ 'ਚ ਆ ਕੇ ਤੇ ਫਿਲਟਰ ਹੋ ਕੇ ਅੰਦਰ ਜਾਂਦੀ ਆ ਇਹਨੂੰ ਆਪਾਂ ਕ੍ਰੈਸ਼ਰ ਕਹਿ ਸਕਦੇ ਆ ਕ੍ਰੈਸ਼ਰ ਆ ਇਹ ਗੰਨੇ ਜ਼ਿਆਦਾ ਮਤਲਬ ਇਹਨੂੰ ਪੀੜ ਨੂੰ ਬਹੁਤ ਕ੍ਰੈਸ਼ ਕਰਦਾ ਇਹਦੀ ਰਿਕਵਰੀ ਵੀ ਜ਼ਿਆਦਾ ਹੈ ਠੀਕ ਆ ਜੀ ਅਤੇ ਰਸ ਸਿੱਧੀ ਇੱਥੋਂ ਹੌਦੀ 'ਚ ਜਾ ਕੇ ਸਿੱਧੀ ਅੰਦਰ ਚਲੇ ਜਾਂਦੀ ਆ ਹੋਰ ਜਿੱਦਾਂ ਹੁਣ ਬਹੁਤ ਇੱਦਾਂ ਦੇ ਜੰਗਸਟਰ ਹੈਗੇ ਆ ਜਿਹੜੇ ਪੰਜਾਬ ਦੇ ਵਿੱਚ ਇੱਥੇ ਤੱਕ ਕਿ ਜਿਨ੍ਹਾਂ ਦੀ ਘਰ ਦੀ ਖੇਤੀ ਜਿਨ੍ਹਾਂ ਦੇ ਮਤਲਬ 30-30 40-40 ਖੇਤ ਆ ਉਹਨਾਂ ਦੇ ਵੀ ਬਸ ਇੱਕੋ ਹੀ ਦਿਮਾਗ ਦੇ ਵਿੱਚ ਉਹ ਗੱਲ ਲੜੀ ਹੁੰਦੀ ਕਿ ਯਾਰ ਹਾਏ ਕੈਨੇਡਾ ਚੱਲ ਜਾਈਏ ਹਾਏ ਅਮਰੀਕਾ ਚੱਲ ਜਾਈਏ ਜਾਂ ਹਾਏ ਇੰਗਲੈਂਡ ਚੱਲ ਜਾਈਏ ਤੁਸੀਂ ਉਹਨਾਂ ਨੌਜਵਾਨਾਂ ਨੂੰ ਕੁਛ ਕਹਿਣਾ ਚਾਹੁੰਦੇ ਹੋਵੋ ਤਾਂ ਦੇਖੋ ਇੱਥੇ ਦੀਆਂ ਜਿਹੜੀਆਂ ਸਰਕਾਰਾਂ ਆ ਹਾਂਜੀ ਸਰਕਾਰਾਂ ਵਧੀਆ ਤਰੀਕੇ ਨਾਲ ਨਹੀਂ ਕੰਮ ਕਰਦੀਆਂ ਅਤੇ ਜੇ ਇੱਥੇ ਘਾਟ ਨਹੀਂ ਹੈਗੀ ਜੇ ਕਿਤੇ ਇੱਥੇ ਅੰਗਰੇਜ਼ ਹੁੰਦੇ ਅਤੇ ਬਾਹਰਲੀਆਂ ਕੰਟਰੀਆਂ ਦੇ ਇੱਥੇ ਲੋਕ ਕੰਮ ਕਰਨ ਆਉਂਦੇ ਜੇ ਇੱਥੇ ਅੰਗਰੇਜ਼ਾਂ ਵਾਲਾ ਰਾਜ ਹੁੰਦਾ ਅੰਗਰੇਜ਼ਾਂ ਠੀਕ ਹੈ ਅਤੇ ਜੋ ਉੱਥੇ ਉਹਨਾਂ ਦੇ ਕਾਨੂੰਨ ਆ ਉੱਥੇ ਬੰਦੇ ਨੂੰ ਭੁੱਖਾ ਨਹੀਂ ਮਰਨ ਦਿੰਦੇ ਆਹ ਕਰੋਨਾ ਸੀ ਬੰਦੇ ਨੂੰ ਭੁੱਖਾ ਨਹੀਂ ਮਰਨ ਦਿੱਤੇ ਇੱਥੇ ਸਰਕਾਰਾਂ ਬੰਦੇ ਨੂੰ ਭੁੱਖਾ ਮਾਰਦੀਆਂ ਸਹੀ ਆ ਜੀ ਸਹੀ ਆ ਇਸ ਕਰਕੇ ਜਿਹੜੇ ਲੋਕ ਆ ਉਹ ਬਾਹਰ ਨੂੰ ਤਿਆਰ ਆ ਅਤੇ ਹੋਰ ਕੋਈ ਆਪਣੇ ਗੁੜ ਦੀ ਕਿਹੜੀ ਕਿਹੜੀ ਤੁਸੀਂ 2-3 ਤਰ੍ਹਾਂ ਦਾ ਗੁੜ ਬਣਾਉਂਦੇ ਜਾਂ ਕਿਹੜੀ ਕਿਹੜੀ ਗੁੜ ਦੀ ਕਿਸਮ ਬਣਾਉਂਦੇ ਆ ਜੀ ਦੇਖੋ ਸਰਦੀਆਂ ਦੇ ਵਿੱਚ ਤਾਂ 4-5 ਤਰ੍ਹਾਂ ਦਾ ਤਿਆਰ ਕਰਦੇ ਸੀ ਜਿੱਦਾਂ ਤਿਵਾਂ ਵਾਲਾ ਹੋ ਗਿਆ ਹੋਰ ਟੁਕੜੀ ਵਾਲਾ ਇੱਦਾਂ ਕਰਦੇ ਸੀ ਹੁਣ ਜਿਹੜਾ ਰਹਿਸ਼ੀ ਗੁੜ ਸਾਡੇ ਕੋਲ ਪੂਰਾ ਨਹੀਂ ਹੋ ਰਿਹਾ ਰੋਜ਼ਾਨਾ 7-8 ਕੁਇੰਟਲ ਤੱਕ ਪਹੁੰਚ ਗਏ ਆ ਹੁਣ ਜਾਣੀ ਸਾਨੂੰ 7-8 ਕੁਇੰਟਲ ਉਹੀ ਦੇਣਾ ਪੈਂਦਾ ਫਿਰ ਸ਼ੱਕਰ ਬਣਾਉਣੀ ਪੈਂਦੀ ਆ ਫਿਰ ਉਹ ਮਸਾਲੇ ਵਾਲਾ ਗੁੜ ਮਤਲਬ ਕਾਫੀ ਉਹ ਵੀ ਤਿਆਰ ਕਰਦੇ ਇੱਕ ਮੈਂ ਦੇਖਿਆ ਤੁਸੀਂ ਡੱਬਿਆਂ ਦੇ ਵਿੱਚ ਪੈਕਿੰਗ ਵੀ ਕੀਤੀ ਹੋਈ ਆ ਗੁੜ ਉਹ ਗੁੜ ਦੀ ਪੈਕਿੰਗ ਦੀ ਤੁਸੀਂ ਸਪਲਾਈ ਕਰਦੇ ਆ ਜੀ ਨਹੀਂ ਇਸ ਸਾਲ ਕਰਨੀ ਹੋਈ ਮੈਂ ਥੋੜਾ ਮੈਨੂੰ ਬੁਖਾਰ ਬੁਖਾਰ ਚੜਦਾ ਰਿਹਾ ਠੀਕ ਆ ਜੀ ਪਹਿਲਾਂ ਲਾਇਸੈਂਸ ਮੈਨੂੰ ਲੇਟ ਮਿਲਿਆ ਠੀਕ ਆ ਜੀ ਹੁਣ ਅਗਲੇ ਸਾਲ ਕਰਾਂਗੇ ਠੀਕ ਆ ਪਰ ਸਾਡਾ ਇੱਥੇ ਗੁੜ ਲੱਗੀ ਜਾਂਦਾ ਜਾਣ ਦੀ ਲੋੜ ਹੀ ਨਹੀਂ ਪਈ ਕਿਤੇ ਠੀਕ ਆ ਜੀ ਇੱਥੇ ਲੋਕ ਲਈ ਜਾਂਦੇ ਆ ਮਤਲਬ 7-8 ਕੁਇੰਟਲ ਹੁਣ ਸੇਲ ਪਹੁੰਚ ਗਈ ਪਹਿਲਾਂ 5-6 ਕੁਇੰਟਲ ਪਹਿਲਾਂ ਵੇਚਦੇ ਰਹੇ ਹਾਂ ਠੀਕ ਆ ਜੀ ਠੀਕ ਆ ਤੇ ਕਿੰਨੇ ਬੰਦੇ ਤੁਸੀਂ ਲੇਬਰ ਦੇ ਰੱਖੇ ਹੋਏ ਆ ਜੀ ਮੈਂ ਲੇਬਰ ਦੇ 9 ਬੰਦੇ ਰੱਖੇ ਹੋਆ ਠੀਕ ਆ ਜੀ ਤੇ ਇੱਕ ਬੰਦਾ ਸੇਲਮੈਨ ਰੱਖਿਆ ਠੀਕ ਆ ਜੀ ਮਤਲਬ ਇਹ ਜਿਹੜੇ ਬੰਦੇ ਲੇਬਰ ਦੇ ਜਿੱਦਾਂ ਹੁਣ ਤੁਸੀਂ ਕਹਿੰਦੇ ਵੀ ਕਿੰਨੇ ਵਜੇ ਕਿੰਨੇ ਤੋਂ ਕਿੰਨੇ ਘੰਟੇ ਕੰਮ ਕਰਦੇ ਆ ਇਹ ਸਵੇਰੇ 5 ਵਜੇ ਲੱਗਦੇ ਆ ਠੀਕ ਆ ਜੀ ਸ਼ਾਮ ਨੂੰ ਕੋਈ 9 ਵਜੇ 9:30 ਵਜੇ ਖਤਮ ਹੁੰਦਾ ਠੀਕ ਆ ਜੀ ਇੱਕ ਚੀਜ਼ ਜਿੱਦਾਂ ਸੀਗੀ ਜੀ ਮਤਲਬ ਮੈਂ ਦਰਸ਼ਕਾਂ ਨੂੰ ਇਹ ਵੀ ਦਿਖਾ ਵੀ ਦਿੰਦਾ ਤੁਸੀਂ ਕਿਸੇ ਵੀ ਵੇਲਣੇ ਤੇ ਪੰਜਾਬ ਦੇ ਕਿਸੇ ਵੀ ਵੇਲਣੇ ਤੇ ਚਲੇ ਜਾਓ ਤੁਹਾਨੂੰ ਜਿਹੜਾ ਉਹਨਾਂ ਨੇ ਗੰਨਾ ਰੱਖਿਆ ਉਹ ਗੰਨੇ ਵੱਲ ਨੂੰ ਤੁਹਾਨੂੰ ਦੇਖਣ ਨੂੰ ਰੂਹ ਨਹੀਂ ਕਰੂਗੀ ਤੇ ਮਤਲਬ ਹੁਣ ਕਈਆਂ ਵੇਲਣਿਆਂ ਤੇ ਤਾਂ ਉਹ ਜਿਹੜਾ ਗੰਨੇ ਦੇ ਉੱਪਰ ਤਰਪਾਲਾਂ ਪਾ ਪਾ ਰੱਖੀਆਂ ਵੀ ਲੋਕੀ ਦੇਖਣ ਬਾਹਰੋਂ ਪਿਆ ਉਹ ਕਾਲਾ ਹੋਇਆ ਪਿਆ ਹਨਾ ਤੇ ਜਿਹੜਾ ਤੁਹਾਡਾ ਗੰਨਾ ਆ ਤੇ ਇਹ ਗੰਨਾ ਜਿਹੜਾ ਆ ਸਾਡਾ ਕੱਲ ਦਾ ਛਿੱਲਿਆ ਆ ਠੀਕ ਆ ਜੀ ਆ ਦੇਖੋ ਇਹ ਜਦੋਂ ਗੰਨਾ ਹੈ 3-4 ਦਿਨ ਦਾ ਇਹ ਕਾਲਾ ਫਿਰ ਜਾਂਦਾ ਥੱਲਿਓ ਠੀਕ ਆ ਜੀ ਇਹ ਕੱਲ ਦਾ ਛਿੱਲਿਆ ਆ ਅਤੇ ਅੱਜ ਕੱਲ੍ਹ ਧੁੱਪ ਵੀ ਪੈਂਦੀ ਹੈ ਇੱਕ ਹੀ ਇਹ ਵਰਾਇਟੀ ਆ ਜਿਹੜੀ 92 ਇਹ ਹੈਗੀ ਆ PVCO92 ਠੀਕ ਆ ਇਹ ਜਿਹੜੀ ਵਰਾਇਟੀ ਆ ਇਹ ਥੋੜ੍ਹਾ ਜਿਹਾ ਰੰਗ ਵੀ ਲਾਲ ਹੈਗਾ ਅਤੇ ਇਹ ਫਿਰ ਧੁੱਪ ਨਾਲ ਥੋੜ੍ਹਾ ਬਹੁਤਾ ਫਰਕ ਪੈ ਜਾਂਦਾ ਇਹ ਕੱਲ੍ਹ ਦਾ ਛਿੱਲਿਆ ਅੱਜ ਇਹ ਪੀੜ ਹੋ ਜਾਣ ਹੁਣ ਤੁਹਾਡੇ ਸਾਹਮਣੇ ਟਰਾਲੀ ਗਈ ਆ ਉਹਨੇ ਅੱਜ ਲੈ ਕੇ ਉਹ ਟਰਾਲੀ ਭਰ ਕੇ ਲਿਆਉਣੀ ਆ ਅਤੇ ਕੱਲ੍ਹ ਨੂੰ ਖਾਸ ਕਰਕੇ ਗੰਨਾ ਜਿਹੜਾ ਜ਼ਿਮੀਂਦਾਰ ਵੇਲਣਾ ਚਲਾਉਣਾ ਚਾਹੁੰਦਾ ਉਹਦੇ ਕੋਲ ਗੰਨਾ ਆਪਣਾ ਹੋਣਾ ਚਾਹੀਦਾ ਜੇ ਕਹੇ ਮੁੱਲ ਦਾ ਗੰਨਾ ਲੈ ਕੇ ਫਿਰ ਵੇਲਣਾ ਨਹੀਂ ਚੱਲਦਾ ਕਿਉਂ ਆਹ ਦੇਖੋ ਅਸੀਂ ਉੱਪਰੋਂ ਸਾਰਾ ਗੰਨਾ ਵੱਢਿਆ ਆ ਕੱਚਾ ਗੰਨਾ ਅਤੇ ਇਹ ਗੰਨਾ ਪੱਕਾ ਹੀ ਆ ਸਾਡਾ ਨਹੀਂ ਤਾਂ ਇਹਦੇ ਨਾਲ 2-2 ਫੁੱਟ 1.5-1.5 ਫੁੱਟ ਕੱਚਾ ਗੰਨਾ ਆਉਂਦਾ ਜਦੋਂ ਉਹ ਪਿੱਛੇ ਪੀੜ ਦਿੰਦੇ ਆ ਕੁਆਲਿਟੀ ਖਰਾਬ ਹੋ ਜਾਂਦੀ ਆ ਹਰੇਕ ਨੂੰ ਹੁੰਦਾ ਆ ਵੀ ਮੇਰਾ ਕੱਚਾ ਗੰਨਾ ਜਾ ਕੇ ਮੇਰਾ ਵਜਨ ਵੱਧ ਜੂ ਅਸੀਂ ਆਪਣਾ ਪੀੜ ਦੇ ਕਰਕੇ ਇੱਦਾਂ ਲਿਆਉਂਦੇ ਇੱਕ ਤਾਂ ਜੀ ਤੁਸੀਂ ਦੱਸ ਦਿੱਤਾ ਕਿ ਅਸੀਂ ਕੋਈ ਮਿਲਾਵਟ ਨਹੀਂ ਕਰਦੇ ਤੁਸੀਂ 5,000 ਰੁਪਇਆ ਇਹਦੇ ਉੱਪਰ ਨਾਮ ਵੀ ਰੱਖਿਆ ਹੋਇਆ ਦੂਸਰਾ ਇੱਕ ਚੀਜ਼ ਮੈਂ ਪੁੱਛਣੀ ਚਾਹੁੰਦਾ ਕਿ ਜਿਹੜਾ ਤੁਹਾਡੇ ਗੁੜ ਦਾ ਰੰਗ ਆ ਉਹ ਨੈਚ
ਲੋਕਾਂ ਨੇ ਦੇਖੋ ਤੁਹਾਡੇ ਸਾਹਮਣੇ ਕੁਰਸੀਆਂ ਪਈਆਂ ਤੇ ਲੋਕੀ ਉੱਥੇ ਬੈਠੇ ਆ। ਜੇ ਅਸੀਂ ਉਹ ਕੈਮੀਕਲ ਵਰਤਾਂਗੇ ਤਾਂ ਅਸੀਂ ਕੁਛ ਰੱਖਾਂਗੇ ਥੋੜ੍ਹੀ, ਕਿਉਂਕਿ ਮੈਨੂੰ ਯਾਦ ਆ ਐਕਚੁਅਲੀ ਸਾਡੇ ਨਾ ਤਾਇਆ ਜੀ ਪਹਿਲਾਂ ਮਤਲਬ ਅਸੀਂ ਸਾਡੇ ਵੇਲਣਾ ਹੁੰਦਾ ਸੀ, ਸਾਡੇ ਤਾਇਆ ਜੀ ਗੁੜ ਕੱਢਦੇ ਹੁੰਦੇ ਸੀਗੇ ਤਾਂ ਉਦੋਂ ਯੂਪੀ ਤੋਂ ਇੱਕ ਲੀਟਰ ਦਾ ਡੱਬਾ ਮੰਗਵਾਇਆ ਸੀ ਕੋਈ, ਉਹ ਪਾਉਂਦੇ ਹੁੰਦੇ ਸੀ ਪਾਤਨ ਖਾਰਨ ਵੇਲੇ ਪਾਉਂਦੇ ਸੀ। ਤੇ ਤੁਸੀਂ ਪਾਤਨ ਖਾਰਨ ਵੇਲੇ ਉਹਦੇ ਵਿੱਚ ਕੀ ਯੂਜ਼ ਕਰਦੇ ਆ? ਉਹ ਦੇਖੋ ਅਸੀਂ ਲਿਖ ਕੇ ਲਾਏ ਆ। ਹਾਂਜੀ ਉੱਪਰ ਦੇਖੋ ਉੱਧਰ, ਹਾਂਜੀ ਬੋਰਡ ਦੇ ਅਸੀਂ ਲਿਖ ਕੇ ਲਾਏ ਆ ਜੋ ਚੀਜ਼ਾਂ ਉਹਦੇ ਵਿੱਚ ਅਸੀਂ ਵਰਤਦੇ ਹਾਂ ਉਹ ਅਸੀਂ ਲਿਖੀਆਂ। ਅਸੀਂ ਇਹਦੇ ਵਿੱਚ ਇੱਕ ਜੰਗਲੀ ਭਿੰਡੀ ਸਕਲਾਈ ਉਹ ਵਰਤਦੇ ਹਾਂ, ਉਹ ਤੁਹਾਡੇ ਸਾਹਮਣੇ ਇੱਥੇ ਉਹਦਾ ਜੂਸ ਕੱਢਿਆ ਅਤੇ ਉਹ ਤੋਂ ਬਾਅਦ ਮਿੱਠਾ ਸੋਡਾ ਥੋੜ੍ਹਾ ਵਰਤਦੇ ਹਾਂ, ਬਾਕੀ ਹੋਰ ਨਹੀਂ। ਪਾਤਨ ਕਰਨ ਵੇਲੇ ਤੁਸੀਂ? ਹਾਂ ਇਹ ਚੀਜ਼ਾਂ ਵਰਤਦੇ ਹਾਂ। ਇੱਕ ਅਸੀਂ ਅੱਗੇ ਇੱਥੇ ਆਮ ਅਸੀਂ ਦੇਸੀ ਤੇਲ ਵਰਤਦੇ ਹੁੰਦੇ ਸੀ, ਹੁਣ ਅਸੀਂ ਅਰਿੰਡੀ ਦਾ ਤੇਲ ਵਰਤਦੇ ਹਾਂ। ਮੈਂ ਨਕਲਾਊ ਕੈਂਪ ਲਾਇਆ ਸੀ ਟ੍ਰੇਨਿੰਗ ਕੈਂਪ, ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਜਿਹੜਾ ਅਰਿੰਡੀ ਦਾ ਤੇਲ ਆ ਉਹ ਗੁੜ ਲਈ ਪਤ ਨੂੰ ਬਹੁਤ ਹੀ ਖੁੱਲ੍ਹਣ ਲਈ ਪਟਾਲ। ਅਤੇ ਸਰਦਾਰ ਜੀ ਜਿਹੜਾ ਮਤਲਬ ਗੋੜਿਆ ਜਿੱਦਾਂ ਹੁਣ ਤੁਸੀਂ ਮਤਲਬ ਪਹਿਲਾਂ ਵੀ ਇੱਕ ਦੱਸਿਆ ਕਿ ਇੱਕ ਆਹ ਚੰਡੀਗੜ੍ਹ ਨੰਬਰ ਗੱਡੀ ਖੜੀ ਆ, ਮੈਂ ਗੱਡੀ ਵੀ ਦਿਖਾਊਂਗਾ ਕਿਉਂਕਿ ਕਈਆਂ ਨੇ ਹੈ ਨਾ ਕਿਆ ਆ ਜਾਓ ਨਾਲ ਗੱਲ ਕਰਦੇ ਕਰਦੇ ਆ ਜਾਓ। ਕਈਆਂ ਨੇ ਸਪੈਸ਼ਲ ਫੋਨ ਕੀਤਾ ਉਹਨਾਂ ਨੇ, ਹਾਂ ਕਈ ਸਾਡੇ ਬੈਠਿਆਂ 'ਤੇ ਫੋਨ ਆਇਆ ਨਾ, ਕਈਆਂ ਨੇ ਇਹ ਵੀ ਕਹਿ ਦੇਣਾ ਕਿ ਆਪਣੇ ਕੋਲੋਂ ਹੀ ਕਹਿਤਾ ਜੀ ਚੰਡੀਗੜ੍ਹ ਤੋਂ ਆਏ ਆ ਨਾ, ਆਹ ਚੰਡੀਗੜ੍ਹ ਨੰਬਰ ਗੱਡੀ ਖੜੀ ਆ ਜੀ। ਭਾਜੀ ਉਹਨਾਂ ਦਾ ਨੰਬਰ ਨਾ ਵੀ ਪੁੱਛ ਲਾਂਗੇ ਆਪਾਂ, ਤਾਂ ਜਿਹਨਾਂ ਨੂੰ ਇੰਟਰਨੈਟ 'ਤੇ ਕੱਢਣਾ ਆਉਂਦਾ ਵਾ ਕਿ ਆਹ ਗੱਡੀ ਦਾ ਨੰਬਰ ਕਿਹਦੇ ਨਾਂ 'ਤੇ ਆ, ਤੁਸੀਂ ਨਾ ਭਾਵੇਂ ਮੈਚ ਕਰਕੇ ਦੇਖ ਲਈਓ। ਅਤੇ ਕਾਹ ਗੱਡੀ ਖੜੀ ਆ ਜੀ। ਅਤੇ ਭਾਅ ਜੀ ਆਪਣੇ ਕੋਲ ਮਤਲਬ ਜ਼ਿਆਦਾ ਕਸਟਮਰ ਇੱਥੇ ਆਪਣੇ ਲੋਕਲ ਪਿੰਡਾਂ ਦਾ ਜਾਂ ਸ਼ਹਿਰਾਂ ਤੋਂ ਆਉਂਦਾ? ਲੋਕਲ ਵੀ ਆ ਰਿਹਾ, ਠੀਕ ਆ, ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਬਹੁਤ ਦੂਰੋਂ ਦੂਰੋਂ ਦਾ। ਇੱਕ ਦਿਨ ਸਾਡੇ ਕੋਲ ਇੱਧਰੋਂ ਫਲੌਰ ਤੋਂ ਅੱਗੇ ਦੇ ਲੁਧਿਆਣੇ ਤੋਂ ਅੱਗੇ ਦੇ ਬਹੁਤ ਆਉਂਦੇ ਆ। ਇੱਕ ਦਿਨ ਮੋਗੇ ਦੇ ਤਾਂ ਜਗਰਾਵਾਂ ਦੇ ਲੈ ਕੇ ਗਏ ਗੁੜ, ਅਤੇ ਇੱਧਰ ਮਾਛੀਵਾੜੇ ਵੱਲ ਦੇ ਬਹੁਤ ਦੂਰੋਂ ਦੂਰੋਂ, ਫਤਿਹਗੜ੍ਹ ਸਾਹਿਬ ਦੇ ਸੀਗੇ ਉਹ ਸਾਡੇ ਕੋਲ 12 ਕੁਇੰਟਲ ਵਿੱਚ ਗੁੜ ਤਾਂ ਵਿੱਚ ਸੱਕਰ ਲਗਾਏ 5-6 ਜਣੇ ਨਾਲ। ਇੱਕ ਮਿੰਟ ਭਾਅ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਭਾਅ ਜੀ ਕਿਹੜੀ ਜਗ੍ਹਾ ਤੋਂ ਆਪਾਂ? ਫਗਵਾੜੇ ਤੋਂ। ਫਗਵਾੜੇ ਤੋਂ, ਅਤੇ ਤੁਹਾਨੂੰ ਇਹ ਵੇਲਣੇ ਬਾਰੇ ਪਤਾ ਸੀ ਪਹਿਲਾਂ ਜਾਂ ਕਿੱਦਾਂ ਮਤਲਬ ਪਤਾ ਲੱਗਾ ਕਿਸੇ ਤੋਂ, ਜਾਂ ਪਹਿਲੀ ਵਾਰੀ ਆਏ ਜਾਂ ਅੱਗੇ ਵੀ ਆਏ? ਪਹਿਲੀ ਵਾਰੀ ਆਏ। ਠੀਕ ਆ ਜੀ, ਪਹਿਲੀ ਵਾਰੀ ਆਏ ਹਾਂ, ਅਤੇ ਪਤਾ ਕਿੱਦਾਂ ਲੱਗਾ ਤੁਹਾਨੂੰ? ਪਤਾ ਇੱਥੋਂ ਲੰਘਦੇ ਜਾ ਰਹੇ ਸੀਗੇ ਅਤੇ ਦੇਖਿਆ ਗੁੜ ਪਹਿਲਾਂ ਵੀ ਲੈਣਾ ਸੀਗਾ ਤਾਂ। ਠੀਕ ਆ ਜੀ, ਠੀਕ ਆ, ਅਤੇ ਮਤਲਬ ਅਗਲੀ ਵਾਰੀ ਫਿਰ ਜ਼ਰੂਰ ਦਰਸ਼ਨ ਦਊਂਗੇ ਜੇ ਗੁੜ ਵਧੀਆ ਲੱਗਾ ਤਾਂ। ਹਾਂਜੀ ਹਾਂਜੀ, ਠੀਕ ਆ ਜੀ, ਠੀਕ ਆ ਜੀ। ਆਪਾਂ ਜਿਹੜੀ ਗੱਲ ਕਰਦੇ ਪਏ ਸੀਗੇ ਮਤਲਬ ਤੁਹਾਡੇ ਗੁੜ ਦੀ ਖਾਸੀਅਤ, ਹੁਣ ਤੁਹਾਡੇ ਕਸਟਮਰ ਆਉਂਦਾ ਹੈ ਨਾ, ਅਸੀਂ ਦੇਖਦੇ ਹਾਂ ਗੱਡੀਆਂ ਖੜਦੀਆਂ ਜੇ ਪਤਾ ਲੱਗਦਾ ਆ, ਅਤੇ ਜਿਹੜੇ ਮਤਲਬ ਇਸ ਵੇਲੇ ਰੋਡਾਂ ਦੇ ਉੱਪਰ ਵੇਲ ਨੇ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੇ ਲਾਏ ਹੋਏ ਆ, ਉਹਨਾਂ ਬਾਰੇ ਜਿੱਦਾਂ ਹੁਣ ਤੁਹਾਡਾ ਕੀ, ਤੁਸੀਂ ਕੀ ਮਤਲਬ ਸੋਚਦੇ ਹਾਂ ਜਾਂ ਕੀ ਖਿਆਲ ਕਰਦੇ ਹਾਂ? ਦੇਖੋ ਤਾਂ ਨੇਰੀ ਜ਼ਹਿਰ ਵੇਚਦੇ ਆ ਲੋਕਾਂ ਨੂੰ, ਲੋਕ ਸਾਨੂੰ ਆਮ ਲੋਕਾਂ ਨੂੰ ਪਤਾ ਹੀ ਨਹੀਂ ਵੀ ਕੀ ਪਾ ਰਹੇ ਆ, ਅਤੇ ਉਹ ਤਾਂ ਐਨ ਸੁੱਕੇ ਗੰਨੇ ਦਾ, ਜਿਹਦੇ ਗੰਨੇ ਨੂੰ ਦੇਖਣ ਨੂੰ ਰੂਹ ਨਹੀਂ ਕਰਦੀ, ਉਹ ਸੁੱਕੇ ਤੋਂ ਸੁੱਕੇ ਗੰਨੇ ਦਾ ਗੁੜ ਬਣਾ ਕੇ ਮਤਲਬ ਕੈਮੀਕਲ ਪਾ ਕੇ ਉਹ ਦੇਈ ਜਾਂਦੇ ਆ। ਠੀਕ ਆ ਜੀ, ਅਤੇ ਰੰਗ ਬੜੇ ਪਾਉਂਦੇ ਆ, ਉਹਨਾਂ ਕੋਲ ਤਾਂ ਬਹੁਤ ਤਰੀਕੇ ਆ, ਸਾਨੂੰ ਤਾਂ ਚੀਜ਼ਾਂ ਵੀ ਨਹੀਂ ਪਤਾ ਵੀ ਕੀ ਪਾਉਣੀਆਂ ਕੀ ਨਹੀਂ ਪਾਉਣੀਆਂ, ਨਾ ਅਸੀਂ ਵਰਤਦੇ ਹਾਂ, ਅਸੀਂ ਤਾਂ ਆਪਣਾ ਇੱਕ ਸ਼ੁੱਧ ਗੁੜ ਵੇਚਣਾ। ਠੀਕ ਆ ਜੀ, ਅਤੇ ਇੱਥੇ ਨਾਲ ਹੀ ਮੈਂ ਮਤਲਬ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਗੁੜ ਮਤਲਬ ਕਹਿੰਦੇ ਹੁੰਦੇ ਆ ਪੁਰਾਣੇ ਜ਼ਮਾਨਾ 'ਚ ਜਿੱਦਾਂ ਹੁਣ ਜਦੋਂ ਦੀ ਮਤਲਬ ਗੁੜ ਨੂੰ ਅਸੀਂ ਛੱਡ ਕੇ ਖੰਡ ਵੱਲੋਂ ਗਏ ਹਾਂ ਨਾ, ਅਤੇ ਮਤਲਬ ਆਪਣੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀਆਂ ਆ ਗਈਆਂ ਹੈ ਨਾ, ਅਤੇ ਜਿਹੜੇ ਅੱਜ ਵੀ ਮਤਲਬ ਜੇ ਤੁਸੀਂ ਖੰਡ ਜਿਹੜੀ ਖੰਡ ਤੋਂ ਅੱਜ ਕਿਸੇ ਤਰ੍ਹਾਂ ਪਰਹੇਜ਼ ਕਰ ਹੁੰਦਾ ਤਾਂ ਕਰ ਲੈਣਾ ਚਾਹੀਦਾ, ਅਤੇ ਜੇ ਵੀ ਕਿਸੇ ਵੀਰ ਭੈਣ ਭਰਾ ਨੇ ਗੁੜ ਖਰੀਦਣਾ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਦਰਸ਼ਨ ਦਿਓ, ਅਤੇ ਤੁਹਾਨੂੰ ਮਤਲਬ ਕੰਪਲੇਂਟ ਨਹੀਂ ਆਊਗੀ। ਜਿਵੇਂ ਲੋਕ ਔਰਗੈਨਿਕ ਕਹਿ ਕੇ ਵੇਚੀ ਜਾਂਦੇ ਆ, ਹਾਂਜੀ, ਅਸੀਂ ਨਹੀਂ ਕਹਿੰਦੇ ਸਾਡਾ ਔਰਗੈਨਿਕ, ਠੀਕ ਆ ਜੀ, ਅਸੀਂ ਸਾਫ ਦੱਸਦੇ ਹਾਂ, ਲੋਕ ਇਹ ਕਹਿੰਦੇ ਔਰਗੈਨਿਕ, ਲੋਕ ਗੰਨਾ ਲੋਕਾਂ ਤੋਂ ਮੁੱਲ ਲੈਂਦੇ ਆ ਉਹਨੂੰ ਔਰਗੈਨਿਕ ਬਣਾ ਕੇ ਵੇਚਦੇ ਆ, ਅਤੇ ਜਿਵੇਂ ਕਿ ਅਸੀਂ ਜਿਹੜਾ ਗੁੜ ਹੈ ਤਿਆਰ ਕਰਦੇ ਹਾਂ, ਅਸੀਂ ਇਹਨੂੰ ਜਿਹੜੀਆਂ ਖਾਦਾਂ ਪਾਈਆਂ ਜਾਂ ਦਵਾਈਆਂ ਪਾਈਆਂ ਜਿਹਨੂੰ ਰਾਸ਼ਟਰੀ ਜੀ ਮਤਲਬ ਹਦਾਇਤ ਮੁਤਾਬਕ ਹੀ ਪਾਈਆਂ, ਕੋਈ ਵੱਧ ਨਹੀਂ ਪਾਈਆਂ ਜਾਂ ਕੋਈ ਜ਼ਿਆਦਾ, ਇੱਕ ਜਿਹੜੇ ਡੱਬੇ ਹੁੰਦੇ ਆ ਉਹਨਾਂ ਦੇ ਉੱਤੇ ਲਾਲ ਹੁੰਦਾ ਪੀਲਾ ਹਰਾ, ਅਤੇ ਉਹ ਜਿਹੜੀ ਲਾਲ ਵਾਲੀ ਹੁੰਦੀ ਬੜੀ ਜ਼ਹਿਰੀਲੀ ਦਵਾਈ ਹੁੰਦੀ, ਅਸੀਂ ਉਹ ਦਵਾਈਆਂ ਨਹੀਂ ਵਰਤਦੇ ਇਹ ਲਈ, ਅਤੇ ਲੋਕ ਜਿਹੜੇ ਆਮ ਪੰਜਾਬੀ ਵੇਲਣ ਵਾਲੇ ਵੀ ਉਹ ਕਈ ਕਹਿੰਦੇ ਸਾਡਾ ਤਾਂ ਔਰਗੈਨਿਕ ਹੈ, ਪਰ ਜਦੋਂ ਕਿ ਉਹ ਔਰਗੈਨਿਕ ਨਹੀਂ ਹੁੰਦਾ, ਕਿਉਂ ਉਹ ਲੋਕਾਂ ਦੇ ਗੰਨਾ ਤਾਂ ਮੁੱਲ ਲੈਂਦੇ ਆ, ਉਹਨਾਂ ਕੋਲ ਤਾਂ ਆਪਣਾ ਗੰਨਾ ਵੀ ਨਹੀਂ ਹੈਗਾ, ਅਸੀਂ ਹਜੇ ਕਹਿ ਸਕਦੇ ਹਾਂ ਵੀ ਸਾਡਾ ਔਰਗੈਨਿਕ ਹੈ ਅਤੇ ਸਾਡਾ ਗੰਨਾ ਆਪਣਾ, ਪਰ ਨਹੀਂ ਅਸੀਂ ਝੂਠ ਬੋਲ ਕੇ ਕੰਮ ਨਹੀਂ ਕਰਨਾ, ਬੋਲਣਾ ਤਾਂ ਸੱਚ ਬੋਲਣਾ, ਨਹੀਂ ਵੇਲਣਾ ਹੀ ਬੰਦ ਕਰ ਦਿਆਂਗੇ, ਕਿਸੇ ਨੂੰ ਆਪਾਂ ਮਿੱਠੀ ਜ਼ਹਿਰ ਨਹੀਂ ਖਾਣੀ, ਬੰਦ ਕਰ ਦਿਆਂਗੇ। ਅਤੇ ਇੱਕ ਵਾਰੀ ਇਹ ਵੀ ਚੀਜ਼ ਦੱਸ ਦਿਓ ਕਿ ਤੁਸੀਂ ਜਿਹੜਾ ਆਪਣਾ ਆਹ ਗਹਿਲ ਮਜ਼ਾਰੀ ਪਿੰਡ ਆ, ਇਹ ਜਿੱਦਾਂ ਹੁਣ ਮੇਨ ਜਿਹੜਾ ਹਾਈਵੇ ਆ, ਹਾਈਵੇ ਤੋਂ ਕਿੰਨੇ ਦੂਰ ਆ, ਜਿੱਦਾਂ ਹੁਣ ਆਪਾਂ ਨੂੰ ਇੱਥੋਂ ਬੰਗਿਆ ਕਿੰਨਾ ਪੈਂਦਾ? ਬੰਗਿਆ ਤੋਂ ਹੈਗਾ ਸਾਡਾ 5.5 ਕਿਲੋਮੀਟਰ, ਅਤੇ ਇਹ ਅਸੀਂ ਜਿਹੜੀ ਇਹਦੀ ਲੋਕੇਸ਼ਨ ਭਰੀ ਉਹ ਆ ਝੱਜ
ਠੀਕ ਹੈ ਜੀ ਠੀਕ ਹੈ ਮਤਲਬ ਕਿਸੇ ਨੇ ਆਉਣਾ ਹੋਵੇ ਤਾਂ ਗੂਗਲ ਤੇ ਮੈਪ ਤੇ ਜਾ ਕੇ ਤਾਂ ਪੰਜਾਬੀ ਵੇਲਣਾ ਭਰ ਕੇ ਤਾਂ ਤੁਸੀਂ ਆ ਸਕਦੇ ਆ ਹਾਂਜੀ ਠੀਕ ਹੈ ਜੀ ਬਾਕੀ 98 ਮੇਰਾ ਨੰਬਰ ਹੈਗਾ 98141 79221 ਦੂਜਾ ਨੰਬਰ ਹੈਗਾ 98147 79221 ਠੀਕ ਹੈ ਜੀ ਦੋਸਤੋ ਇਹ ਸੀ ਜੀ ਸਾਡੇ ਨਾਲ ਸਰਦਾਰ ਚਰਨਜੀਤ ਸਿੰਘ ਪਿੰਡ ਗੈਲ ਮਜਾਰੀ ਤੋਂ